ਅੱਛੀ ਕਾਲ ਤੁਸੀਂ ਦੇਖ ਰਹੇ ਹੋ ਪੰਜਾਬੀ ਨੈਸ਼ਨਲ ਟੀਵੀ ਮੈਂ ਖਾਂਗੁਰ ਪਿੱਡਿਆਨੀ ਹਿਮਾਚਲ ਪ੍ਰਦੇਸ਼ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਲੱਗਾ ਹੈ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਨੂਪ ਕੇਸਰੀ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ ਨੇ ਉਹ ਜੇਪੀ ਨੱਡਾ ਤੇ ਅਨੁਰਾਗ ਠਾਕੁਰ ਦੀ ਪ੍ਰਧਾਨਗੀ ਹੇਠ ਉਹਨਾਂ ਦੀ ਅਗਵਾਈ ਹੇਠ ਭਾਜਪਾ ਦੇ ਵਿੱਚ ਅੱਜ ਸ਼ਾਮਲ ਹੋ ਗਏ ਨੇ ਆਮ ਆਦਮੀ ਪਾਰਟੀ ਨੂੰ ਹਿਮਾਚਲ ਪ੍ਰਦੇਸ਼ ਦੇ ਵਿੱਚ ਵੱਡਾ ਝਟਕਾ ਲੱਗਾ ਕਿਉਂਕਿ ਅਨੂਪ ਕੇਸਰੀ ਦੇ ਨਾਲ ਇਕਵਾਲ ਸਿੰਘ ਤੇ ਉਹਨਾਂ ਦੇ ਹੋਰ ਆਗੂ ਵੀ ਭਾਜਪੀ ਦੇ ਵਿੱਚ ਸ਼ਾਮਲ ਹੋ ਗਏ ਨੇ ਤੁਹਾਨੂੰ ਦੱਸ ਦਿੰਨੇ ਆ ਕਿ ਪਿਛਲੇ ਲੰਘੇ 3 ਦਿਨਾਂ ਦੇ ਵਿੱਚ ਸਮਾਂ ਦੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਨੇ ਮੰਡੀ ਦੇ ਵਿੱਚ ਰੈਲੀ ਕੀਤੀ ਸੀ ਤੇ ਰੈਲੀ ਦੇ ਵਿੱਚ ਇਹ ਦਾਵਾ ਕੀਤਾ ਸੀ ਕਿ ਹਿਮਾਚਲ ਪ੍ਰਦੇਸ਼ ਦੇ ਲੋਕ ਭਾਰੀ ਗਿਣਤੀ 'ਚ ਵੋਟਾਂ ਪਾ ਕੇ ਆਵਾਮੀ ਪਾਰਟੀ ਦੀ ਸਰਕਾਰ ਜਿਹੜੀ ਹਿਮਾਚਲ 'ਚ ਬਣਾਉਣਗੇ ਪਰ ਅੱਜ ਆਵਾਮੀ ਪਾਰਟੀ ਨੂੰ ਵੱਡਾ ਝਟਕਾ ਲੱਗਾ ਕਿਉਂਕਿ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਨੂਪ ਕੇਸਰੀ ਹੈ ਉਹ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ ਨੇ ਉਹਨਾਂ ਦੇ ਨਾਲ ਉਹਨਾਂ ਦੇ 3-4 ਹੋਰ ਆਗੂ ਜਿਹੜੇ ਆ ਉਹ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ ਨੇ ਇਹ ਜਾਣਕਾਰੀ ਭਾਜਪਾ ਦੇ ਹਿਮਾਚਲ ਪ੍ਰੈਸ ਵਾਲੇ ਪੇਜ ਤੇ ਉਹਨਾਂ ਨੇ ਪਾ ਕੇ ਦਿੱਤੀ ਹੈ ਕਿ ਆਵਾਮੀ ਪਾਰਟੀ ਦੀਆਂ ਨੀਤੀਆਂ ਤੋਂ ਹਿਮਾਚਲ ਦੇ ਲੋਕ ਤੰਗ ਨੇ ਇਸ ਕਰਕੇ ਉਹਨਾਂ ਦੇ ਸੂਬਾ ਪ੍ਰਧਾਨ ਅਨੂਪ ਕੇਸਰੀ ਬੀਜੇਪੀ ਦੇ ਵਿੱਚ ਸ਼ਾਮਲ ਹੋ ਗਏ ਨੇ ਨਾਲ ਉਹਨਾਂ ਦੇ ਇਕਬਾਲ ਸਿੰਘ ਤੇ ਹੋਰ ਆਗੂ ਵੀ ਬੀਜੇਪੀ ਦੇ ਵਿੱਚ ਸ਼ਾਮਲ ਹੋ ਗਏ ਨੇ ਤੁਹਾਨੂੰ ਦੱਸ ਦਿੰਦੇ ਆ ਕਿ ਦਸੰਬਰ 22 ਦੇ ਵਿੱਚ ਜਿਹੜੀਆਂ ਹਿਮਾਚਲ ਪ੍ਰਦੇਸ਼ ਦੇ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਤੇ ਪੰਜਾਬ ਜੱਤਰ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਹਿਮਾਚਲ ਪ੍ਰਦੇਸ਼ ਦੇ ਦੌਰੇ ਵੀ ਸ਼ੁਰੂ ਕਰ ਦਿੱਤੇ ਨੇ ਨਾਲ ਭਗਵੰਤ ਮਾਨ ਵੀ ਜਾਂਦੇ ਨੇ ਵੱਡੀਆਂ-ਵੱਡੀਆਂ ਰੈਲੀਆਂ ਕਰਦੇ ਨੇ ਪਰ ਅੱਜ ਵੱਡਾ ਝਟਕਾ ਲੱਗਾ ਕਿਉਂਕਿ ਆਮ ਆਦਮੀ ਪਾਰਟੀ ਦੇ ਸੁਭਾ ਪ੍ਰਧਾਨ ਜਿਹੜੇ ਆ ਉਹਨਾਂ ਦਾ ਬੀਜੇਪੀ 'ਚ ਜਾਣਾ ਵੱਡਾ ਸਵਾਲ ਹੈ ਕਿਉਂਕਿ ਜਦੋਂ ਚੋਣਾ ਸਿਰ ਤੇ ਹੋਣ ਤੇ ਪਾਰਟੀ ਲੀਡ ਕਰਦਾ ਹੋਏ ਪਾਰਟੀ ਦਾ ਕਮਾਂਡਰ ਜਿਹੜਾ ਹੈ ਉਹ ਦੂਜੀ ਭਾਜਪਾ ਪਾਰਟੀ 'ਚ ਚਲਾ ਜਾਏ ਤਾਂ ਪਾਰਟੀ ਦਾ ਲੱਕ ਟੁੱਟ ਜਾਂਦਾ ਹੈ ਕਿਉਂਕਿ ਇੰਨੀ ਜਲਦ ਨਵੇਂ ਲੀਡਰ ਜਿਹੜੇ ਆ ਨਹੀਂ ਲੱਭਦੇ ਲੋਕ ਫਿਰ ਵਿਸ਼ਵਾਸ ਜਿਹੜਾ ਨਹੀਂ ਕਰਦੇ ਇਹਾ ਕੀ ਹੋਇਆ ਕਿ ਆਮ ਆਦਮੀ ਪਾਰਟੀ ਦੇ ਪ੍ਰਧਾਨ ਨੂੰ ਭਾਜਪਾ ਦੇ ਵਿੱਚ ਜਿਹੜਾ ਹੈ ਉਹ ਜਾਣਾ ਪਿਆ ਹਾਲਾਂਕਿ ਪੰਜਾਬ ਵਿੱਚ ਵੀ ਦੇਖਣ ਨੂੰ ਮਿਲਦਾ ਸੀ ਜਦੋਂ ਪੰਜਾਬ ਦੀਆਂ ਚੋਣਾਂ ਹੋਣੀਆਂ ਸੀ ਤੇ ਚੋਣਾਂ ਤੋਂ ਪਹਿਲਾਂ ਕਈ ਲੀਡਰ ਦਲ ਬਦਲੂ ਨੀਤੀ ਅਪਣਾ ਰਹੇ ਸੀ ਕਈ ਲੀਡਰ ਕਾਂਗਰਸ ਤੋਂ ਜਾ ਰਹੇ ਸੀ ਕਈ ਭਾਜਪਾ ਤੋਂ ਕਾਂਗਰਸ ਜਾ ਰਹੇ ਸੀ ਕਈ ਆਪ ਤੋਂ ਕਿਤੇ ਕਾਂਗਰਸ ਜਾ ਰਹੇ ਸੀ ਤੇ ਆਪ ਤੋਂ ਇੱਧਰ ਦੂਜੇ ਪਾਸੇ ਹੋਰ ਪਾਰਟੀਆਂ ਚ ਵੀ ਇਦਾਂ ਫੇਰ ਬਦਲ ਜਿਹੜਾ ਅਸੀਂ ਲੱਗਾ ਰਹਿੰਦਾ ਸੀ ਪਰ ਅੱਜ ਵਾਲੇ ਇਸ ਜਿਹੜਾ ਫੇਰ ਬਦਲ ਹੋਇਆ ਆਮਾਦੀ ਪਾਰਟੀ ਦੇ ਸੂਬਾ ਪ੍ਰਧਾਨ ਜਦੋਂ ਭਾਜਪਾ 'ਚ ਸ਼ਾਮਲ ਹੁੰਦੇ ਨੇ ਤੇ ਇਹ ਵੱਡਾ ਸਵਾਲ ਜਿਹੜਾ ਹੈ ਇਹ ਸੇ ਪੈਦਾ ਹੁੰਦਾ ਹੈ ਹਰ ਖਬਰ ਲਈ ਜੁੜੇ ਰਹੋ ਪੰਜਾਬੀ ਨੈਸ਼ਨਲ ਟੀਵੀ ਨਾਲ